ਇੱਥੇ ਨਾ ਕੋਈ ਬੰਦਾ ਅਤੇ ਨਾ ਕੋਈ ਬੰਦੇ ਦੀ ਯਾਦ ਹੈ। ਆਪਣੇ ਵਰਗੇ ਨੂੰ ਥੋੜ੍ਹਾ ਜਿਹਾ ਮੂੰਹ ਬਣਾਉਣ ਦਾ ਵੀ ਡਰ ਹੁੰਦਾ, ਹਿਸਾਬ ਨਾਲ ਚੱਲਣਾ ਪੈਂਦਾ। ਇਹ ਬਸ ਆਏ ਹਾਂ ਵੀ ਫਰਿੱਜ 'ਚ ਪੈਰ ਧਰ ਲਏ ਅਤੇ ਪਾਣੀ 'ਚ ਧਰ ਲਿਆ। ਪਾਣੀ ਦੀ ਸਫਾਈ ਵੇਖੋ ਬਹੁਤ ਜ਼ਿਆਦਾ ਬਾਈ, ਫਰਿੱਜਰ ਹੀ ਆ। ਅਸੀਂ ਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ। 17 ਜੂਨ ਸਮਾਂ ਸਵੇਰ ਦੇ 7 ਵਜੇ ਆਪਾਂ ਖੜ੍ਹੇ ਹਾਂ ਹੋਟਲ ਦੇ ਬਾਹਰ, ਇੱਥੋਂ ਕਰ ਲਿਆ ਚੈੱਕਆਊਟ। ਡਿਸਕਿਟ ਤੋਂ ਹੁਣ ਆਪਾਂ ਚੱਲੇ ਹਾਂ ਪੈਂਗੋਂਗ ਲੇਕ ਵੱਲ। ਅੱਜ ਦਾ ਸਫ਼ਰ ਆਪਣਾ ਪੈਂਗੋਂਗ ਅਤੇ ਅੱਗੇ ਹਾਲੇ ਤੱਕ ਦਾ ਹੋਊਗਾ। ਜਿਹੜੇ ਰੂਟ 'ਚੋਂ ਆਪਾਂ ਰਾਤ ਨੂੰ ਆਏ ਸੀਗੇ ਉਹੀ ਰੂਟ ਤੋਂ ਹੁਣ ਆਪਾਂ ਵਾਪਸ ਜਾ ਰਹੇ ਹਾਂ। ਇਹ ਡਿਸਕਿਟ ਤੋਂ ਜਿਹੜਾ ਨੁਬਰਾ ਵੈਲੀ ਅਤੇ ਪੈਂਗੋਂਗ ਵੱਲ ਨੂੰ ਰਸਤਾ ਜਾਂਦਾ ਉਹ ਕੁਛ ਇਹੋ ਜਿਹਾ। ਨੁਬਰਾ ਵੈਲੀ ਦੀ ਉਹ ਸੜਕ ਕ੍ਰੋਸ ਕਰਕੇ ਆਪਾਂ ਆਹੀ ਮੋੜ 'ਤੇ ਆ ਕੇ ਖੜ੍ਹ ਗਏ ਹਾਂ ਜਿੱਥੋਂ ਕੱਲ੍ਹ ਆਪਾਂ ਨੁਬਰਾ ਵੈਲੀ ਦੇ ਵਿੱਚ ਐਂਟਰ ਕੀਤਾ ਸੀ। ਅਤੇ ਇੱਥੇ ਬੋਰਡ ਲੱਗਿਆ ਪੈਂਗੋਂਗ 130 ਕਿਲੋਮੀਟਰ, ਅਸੀਂ ਹੁਣੇ ਉੱਧਰ ਦੀ ਜਾ ਕੇ ਆਏ ਹਾਂ। 8-10 ਕਿਲੋਮੀਟਰ ਪੂਰੀ ਤਿੱਖੀ ਚੜ੍ਹਾਈ ਚੜ੍ਹ ਕੇ ਅੱਗੇ ਰਸਤਾ ਬੰਦ ਸੀ ਅਤੇ ਵਾਪਸ ਉਹੀ ਚੜ੍ਹਾਈਆਂ 'ਤੇ ਆ ਕੇ ਫਿਰ ਇੱਥੇ ਖੜ੍ਹ ਗਏ ਹਾਂ। ਹੁਣ ਇੱਕ ਉਹ ਟੈਕਸੀ ਵਾਲਾ ਬਾਈ ਮਿਲਿਆ, ਉਹਨੂੰ ਪੁੱਛੀ ਜਾਂਦੇ ਹਾਂ ਵੀ ਇਹ ਚੀਜ਼ ਦਾ ਹੁਣ ਹੱਲ ਕੀ ਹੈ। ਕਿਉਂਕਿ ਜੇ ਇੱਧਰ ਨੂੰ ਜਾਂਦੇ ਹਾਂ ਇੱਧਰ ਨੂੰ ਆਪਣਾ ਉਹੀ ਲੇਹ ਵਾਲੇ ਰਸਤੇ ਮੁੜਦੇ ਹੈ, ਜੇ ਇੱਧਰ ਨੂੰ ਜਾਂਦੇ ਇੱਧਰ ਨੁਬਰਾ ਵੈਲੀ ਹੈ। ਅਤੇ ਇੱਕ ਹੋਰ ਇੱਥੇ ਪੰਗੇ ਵਾਲੀ ਗੱਲ ਹੈ ਵੀ ਕਿਸੇ ਮੋੜ 'ਤੇ ਜਾਂ ਕਿਤੇ ਕੁਛ ਇਹੋ ਜਿਹਾ ਲਿਖਿਆ ਨਹੀਂ ਹੁੰਦਾ ਵੀ ਅੱਗੇ ਰਸਤਾ ਬੰਦ ਹੈ ਜਾਂ ਕੁਛ, ਪਹਾੜੀ ਏਰੀਆ 8-10 ਕਿਲੋਮੀਟਰ ਵੀ ਇੱਥੇ ਬਹੁਤ ਜ਼ਿਆਦਾ ਹੋ ਜਾਂਦਾ। ਅਸੀਂ ਹੁਣ ਅੱਗੋਂ ਆਏ ਹਾਂ, ਪੂਰੇ ਖਤਰਨਾਕ ਰਾਹ ਸੀਗੇ, ਇੱਕ ਸਿੰਗਲ ਗੱਡੀ ਲੰਘ ਰਹੀ ਹੈ ਬਸ ਕੱਲੀ। ਹੁਣ ਫਾਈਨਲੀ ਇੱਕ ਗੱਡੀ ਵਾਲਾ ਬਾਈ ਮਿਲਿਆ ਆਪਾਂ ਨੂੰ, ਬਾਈ ਤੋਂ ਪੁੱਛ ਕੇ ਰਸਤਾ ਫਿਰ ਹੁਣ ਅੱਗੇ। ਕੀ ਕਹਿੰਦਾ ਬਾਈ? ਟੈਕਸੀ ਵਾਲੇ ਬਾਈ ਨੇ ਆਪਾਂ ਨੂੰ ਰਸਤਾ ਦੱਸਤਾ ਸੀਗਾ, ਆਪਾਂ ਉਹੀ ਰਸਤੇ ਤੇ ਜਾਈ ਜਾਂਦੇ ਆ। ਤੇ ਅੱਗੇ ਆਪਾਂ ਨੂੰ ਕੁਛ ਬਾਈਕਰ ਵੀ ਮਿਲ ਗਏ ਸੀਗੇ, ਉਹਨਾਂ ਨੂੰ ਵੀ ਪੁੱਛਿਆ ਤੇ ਉਹਨਾਂ ਨੇ ਵੀ ਪੈਂਗੋਂਗ ਹੀ ਜਾਣਾ। ਹੁਣ ਇਹਨਾਂ ਦੇ ਨਾਲ ਨਾਲ ਹੀ ਚੱਲਦੇ ਆ ਆਪਾਂ। ਤੇ ਵਾਟ ਜਿਹੜੀ ਆਪਾਂ ਨੂੰ 30-35 ਕਿਲੋਮੀਟਰ ਦੀ ਜ਼ਿਆਦਾ ਪੈ ਗਈ। ਡਿਸਕਿਟ ਨਿਕਲ ਕੇ ਆਪਾਂ ਨੁਬਰਾ ਵੈਲੀ ਗਏ ਸੀ, ਨੁਬਰਾ ਵੈਲੀ ਤੋਂ ਆਪਾਂ ਪੈਂਗੋਂਗ ਵਾਲੇ ਰਸਤੇ 'ਤੇ ਗਏ ਅਤੇ ਉਹ ਸਾਰਾ ਰਸਤਾ ਅੱਗੋਂ ਬੰਦ ਸੀਗਾ। ਉਹ ਸਾਰਾ ਰੋਡ ਆਪਾਂ ਵਾਪਸ ਆ ਕੇ ਹੁਣ 2-4 ਕਿਲੋਮੀਟਰ ਡਿਸਕਿਟ ਤੋਂ ਬਾਹਰ ਨੂੰ ਨਿਕਲ ਕੇ ਇੱਕ ਆਫ ਰੋਡ ਲਿਆ ਅਤੇ ਇਹ ਹੁਣ ਆਪਾਂ ਨੂੰ ਪੈਂਗੋਂਗ ਲੇਕ ਵੱਲ ਲੈ ਕੇ ਜਾਊਗਾ। ਨਾਲ ਆਪਣੇ 2 ਬਾਈਕਰ ਹੈ ਪਿੱਛੇ ਅਤੇ 1 ਸਕਾਰਪੀਓ ਗੱਡੀ ਹੈ, ਉਹ ਬਾਈ ਪੰਜਾਬੀ ਹੈ। ਉਹ ਵੀ ਸਾਡੇ ਸਾਰੇ ਉਹ ਤੁਰੇ ਹੁੰਦੇ ਆ, ਮਗਰ ਜਿੱਥੇ ਅਸੀਂ ਰੋਕ ਲੈਂਦੇ ਉਹ ਰੁਕ ਜਾਂਦੇ ਆ। ਬਸ ਹੁਣ ਆਈ ਚਲਾਈ ਚੱਲੀ ਜਾਂਦੀ ਹੈ, ਜਿਹੜਾ ਇੱਕ ਮੂਹਰੇ ਲੱਗ ਗਿਆ ਉਹਦੇ ਮਗਰ ਦੱਬਦੀ ਦਾ ਕੰਮ। ਅਤੇ ਰੋਡ ਇਹ ਵੀ ਸੋਹਣੇ ਆ, ਮਾਹੌਲ ਘੈਂਟ ਹੈ। ਬਸ ਐਂ ਵੀ ਜਿਹੜਾ ਅੱਜ ਘਰੋਂ ਜਲਦੀ ਤੁਰੇ ਸੀਗੇ ਉਹ ਸਾਰਾ ਟਾਈਮ ਉੱਥੇ ਜੀ ਆ ਗਿਆ, ਸਮਾਂ ਹੋ ਗਿਆ 8:30 ਦਾ। ਹੁਣ ਆਪਾਂ ਜਿਹੜੇ ਰੋਡ 'ਤੇ ਪੈ ਗਏ ਹਾਂ, ਇਹ ਪੈਂਗੋਂਗ ਲੇਕ ਨੂੰ ਜਾਂਦਾ ਇੱਕ ਲਿੰਕ ਰੋਡ ਕਹਿ ਸਕਦੇ ਹਾਂ ਆਪਾਂ। ਜਿਵੇਂ ਪਿੰਡਾਂ ਦੇ ਵਿੱਚ ਆਪਣੀਆਂ ਪਹੀਆਂ ਨਿਕਲਦੀਆਂ ਹੁੰਦੀਆਂ ਸਾਈਡ 'ਤੇ, ਉਸ ਹਿਸਾਬ ਜਿਹੜਾ ਪੈਂਗੋਂਗ ਨੂੰ ਜਾਂਦਾ ਮੇਨ ਰੋਡ ਸੀ ਉਹ ਤਾਂ ਬੰਦ ਸੀਗਾ। ਉਹ ਆਪਣੇ ਅੱਗੇ 2 ਬਾਈਕਰ ਜਾਈ ਜਾਂਦੇ ਆ, ਉਹਨਾਂ ਦੇ ਸਾਰੇ ਆਪਾਂ ਤੁਰੇ ਹੁੰਦੇ ਹਾਂ। ਆਪਣੇ ਸਾਰੇ ਮਗਰ ਸਕਾਰਪੀਓ ਗੱਡੀ ਵਾਲੇ ਬਾਈ, ਅਤੇ ਮਗਰ 1-2 ਗੱਡੀਆਂ ਹੋਰ ਚੱਲੀ ਹੁੰਦੀਆਂ ਰਸਤੇ ਦੇ ਵਿੱਚ। ਹੁਣ ਆਪਾਂ ਨੂੰ ਇੱਕ ਪਿੰਡ ਮਿਲਿਆ, ਇੱਥੇ ਬਾਈ ਹੁਣੀ ਪੁੱਛਦੇ ਆ ਰਸਤਾ। ਅਤੇ ਇਹ ਪਿੰਡ ਪੂਰਾ ਹਰਿਆਲੀ ਦਾ ਭਰਿਆ ਹੋਇਆ ਅਤੇ ਸਾਹ ਸੂਹ ਲੈਣਾ ਵੀ ਸੌਖਾ। ਇੱਥੇ ਦਰਖਤ ਹੋਰ ਫੁੱਲ ਬਹੁਤ ਘੈਂਟ ਲੱਗੇ ਹੋਏ ਆ। ਜਿਹੜਾ ਹੁਣ ਆਪਣਾ ਪੈਂਗੋਂਗ ਤੱਕ ਦਾ ਰਸਤਾ ਉਹ ਮੇਰੇ ਹਿਸਾਬ ਨਾਲ ਹੀ ਪਿੰਡਾਂ 'ਚ ਹੀ ਜਾਊਗਾ, ਕਿਉਂਕਿ ਮੇਨ ਰੂਟ ਬੰਦ ਹੋਣ ਕਰਕੇ ਇਹ ਜਿਹੜੇ ਰੋਡ ਜੇ ਆਪਾਂ ਆਪ ਜੇ ਲੱਭੇ ਆ। ਇਹ ਗੂਗਲ ਮੈਪ 'ਤੇ ਵੀ ਇੰਨਾ
ਖਾਸ ਸ਼ੋਅ ਨਹੀਂ ਕਰਦੇ ਗੇ ਜਿਹੜੇ ਰੋਡਾਂ 'ਤੇ ਆਪਾਂ ਜਾਈ ਜਾਂਦੇ ਹਾਂ, ਜੇ ਲੋਕੇਸ਼ਨ ਵੀ ਲਾਉਂਦੇ ਹਾਂ ਤਾਂ ਕੋਈ ਬੜਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਫਿਰਦੇ ਹਾਂ। ਹੁਣ ਆਪਾਂ ਜਿਹੜੇ ਪਿੰਡ ਦੇ ਵਿੱਚੋਂ ਨਿਕਲੀ ਜਾਂਦੇ ਹਾਂ, 4-5 ਕਿਲੋਮੀਟਰ ਹੋ ਗਏ ਆਪਾਂ ਨੂੰ ਇਸੇ ਪਿੰਡ 'ਚ, ਅਤੇ ਇਹ ਸਾਰਾ ਪਿੰਡ ਹੀ ਆਫ ਰੋਡ ਹੈ ਰਸਤਾ। ਇਹ ਰਸਤੇ ਨੇ ਕਾਤਾ ਹੱਥ ਦੁਖਣ ਲੱਗ ਗਏ ਹੈ, ਕਿਉਂਕਿ ਵਾਰੀ ਵਾਰੀ ਕਲੱਚ ਬਰੇਕ, ਕਲੱਚ ਵਾਲਾ ਹੱਥ ਤਾਂ ਜਮਾਂ ਹੀ ਨਹੀਂ ਫ੍ਰੀ ਹੁੰਦਾ ਨਾ, ਇਹ ਤਾਂ ਬਸ ਗੇਅਰ ਬਦਲਣਾ, ਪਹਿਲਾ ਦੂਜਾ ਹੀ ਕੁਛ ਚੱਲਦਾ ਉੱਥੇ। ਅਤੇ ਕੁਛ ਟੋਏ ਟੱਪੇ ਵਾਲੇ ਹੈ, ਸਾਰਾ ਹੀ ਆਫ ਰੋਡ ਹੈ ਇਹ, ਪਤਾ ਨਹੀਂ ਕਿੱਥੇ ਜਾ ਕੇ ਰੋਡ ਸੈੱਟ ਹੋਣਾ। ਬਾਕੀ ਕੋਈ ਗੱਲ ਨਹੀਂ, ਐਡਵੈਂਚਰ ਹੈ ਵੀ। ਆਹ ਦੇਖੋ ਟੈਕਸੀ ਵਾਲਿਆਂ ਦਾ ਆਹ ਹਾਲ ਹੈ ਵੀ, ਪਤਾ ਵੀ ਸਿੰਗਲ ਰੋਡ ਹੈ, ਤੂੰ 2 ਮਿੰਟ ਸਬਰ ਕਰ ਲਾ, ਸਾਰਾ ਆਫ ਰੋਡ ਹੈ ਵੀ, ਮੋਟਰਸਾਈਕਲ ਕੱਢਣ ਨੂੰ ਤਾਂ ਥਾਂ ਮਸਾਂ ਹੈਗੀ ਆ ਉੱਥੇ, ਇਹ ਆਪ ਤਾਂ ਗਿੱਜੇ ਹੁੰਦੇ ਚਲਾਉਣੇ ਆਹ ਰੋਡਾਂ 'ਤੇ। ਜਿਹੜਾ ਆਪਣੇ ਵਰਗਾ ਕੋਈ ਬਾਹਰਲਾ ਬੰਦਾ ਹੁੰਦਾ ਉਹ ਫਿਰ ਸੱਟ ਫੇਟ ਖਾ ਕੇ ਬਹਿ ਜਾਂਦਾ, ਕਿਉਂਕਿ ਇਹਨਾਂ ਦੀ ਆਦਤ ਇਹ ਹੁੰਦੀ ਹੈ ਪਿੱਛੇ ਆ ਕੇ ਹਾਰਨ ਜੇ ਮਾਰੀ ਜਾਣੇ ਆ, ਜਿਵੇਂ ਹੁਣ ਫਿਰ ਪਿੱਛੇ ਮਾਰੀ ਜਾਂਦੇ ਆ, ਪਿੱਛੋਂ ਹਾਰਨ 'ਤੇ ਹਾਰਨ ਦੇਈ ਹੋਣੇ, ਸਾਈਡ ਭਲਾ ਹੈਗੀ ਨਹੀਂ ਹੈਗੀ, ਇਹਨਾਂ ਨੂੰ ਆਪਦਾ ਕੱਢਣ ਤੱਕ ਹੁੰਦਾ ਵੀ ਅਸੀਂ ਗੱਡੀ ਕੱਢ ਕੇ ਲੈ ਜਾਣੀ। ਬਾਕੀ ਦੇਖਦੇ ਹਾਂ ਕਿੰਨਾ ਕੁ ਆਫ ਰੋਡ ਹੈ, ਫਿਰ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਕੀ ਮਾਹੌਲ ਹੈ। ਆਹ ਸਾਰਾ ਰੋਡ ਹੀ ਹਾਲੇ ਤੱਕ ਆਫ ਰੋਡ ਹੈ, ਥੋੜ੍ਹੀ ਜਿਹੀ ਆਪਾਂ ਨੂੰ 400-500 ਮੀਟਰ ਸੜਕ ਮਿਲੀ ਸੀਗੀ ਪੱਕੀ, ਉਹ ਲੰਘ ਕੇ ਉਦੋਂ ਤਾਂ ਐਂ ਲੱਗਿਆ ਸਕੂਨ ਜਿਹਾ ਵੀ ਪੱਕੀ ਸੜਕ ਆ ਗਈ, ਪਰ ਨਹੀਂ, ਸਾਰਾ ਆਫ ਰੋਡ ਹੀ ਹਾਲੇ ਤੱਕ ਇਹ। ਅਤੇ ਹੁਣ ਜੇ ਜਾ ਕੇ ਪਤਾ ਲੱਗਣ ਲੱਗਿਆ ਵੀ ਲੇਹ ਆ ਗਏ ਹਾਂ, ਪਹਿਲਾਂ ਤਾਂ ਇਹ ਲੱਗਦਾ ਵੀ ਬਾਈਪਾਸ 'ਤੇ ਫਿਰਦੇ ਹਾਂ, ਪੱਕੇ ਰੋਡ ਹੈ, ਕੰਮ ਘੈਂਟ ਹੈ ਸਾਰਾ। ਜਿਹੜੇ ਆਫ ਰੋਡਿੰਗ ਵਾਲੇ ਕੰਮ ਦੇਖਦੇ ਹਾਂ ਆਪਾਂ ਯੂਟਿਊਬ 'ਤੇ ਜਾਂ ਫਿਲਮਾਂ ਜਿਹੜੇ ਆਪਾਂ ਆਫ ਰੋਡ ਦੇਖਦੇ ਹਾਂ, ਉਹ ਇਹੋ ਜਿਹੇ ਆਫ ਰੋਡ ਹੀ ਹੁੰਦੇ ਆ। ਨਾਲ ਨਾਲ ਆਪਣੇ ਨਹਿਰ ਵਗੀ ਜਾਂਦੀ ਹੈ, ਅਤੇ ਜਿਹੜੇ ਗੱਡੀਆਂ ਵਾਲੇ ਬਾਈ ਹੈ ਉਹ ਕੱਟ ਕੱਟ ਲਈ ਜਾਂਦੇ ਗੱਡੀਆਂ, ਇਹਨਾਂ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ, ਇਹ ਲੈ ਜਾਂਦੇ ਪੱਥਰਾਂ ਪੁੱਥਰਾਂ ਉੱਤੋਂ ਹੀ ਚੜ੍ਹਾ ਕੇ। ਆਪਣੇ ਵਰਗੇ ਨੂੰ ਥੋੜ੍ਹਾ ਜਿਹਾ ਮੂੰਹ ਬਣਾਉਣ ਦਾ ਵੀ ਡਰ ਹੁੰਦਾ, ਹਿਸਾਬ ਨਾਲ ਚੱਲਣਾ ਪੈਂਦਾ। ਸਾਰਾ ਆਫ ਰੋਡ ਕਲੀਅਰ ਕਰਕੇ 7-8 ਕਿਲੋਮੀਟਰ ਦਾ ਰੋਡ ਸੀਗਾ, ਹੁਣ ਆਪਾਂ ਨੂੰ ਥੋੜ੍ਹੀ ਜਿਹੀ ਸੜਕ ਸਾਫ਼ ਮਿਲੀ ਅੱਗੇ। ਅਤੇ ਜਿਹੜੇ ਯੂਟਿਊਬਰ ਹੈ ਉਹ ਲੇਹ ਦੇ ਜਿਹੜੇ ਘੈਂਟ ਰੋਡ ਹੈ ਉਹ ਤਾਂ ਦਿਖਾ ਦਿੰਦੇ ਹੈ, ਇਹ ਕੁਛ ਬਹੁਤ ਘੱਟ ਦਿਖਾਉਂਦੇ ਆ। ਅਤੇ ਇੱਧਰ ਜਿੰਨੇ ਵੀ ਆਉਣਾ ਥੋੜ੍ਹੀ ਜਿਹੀ ਤਿਆਰੀ ਨਾਲ ਆਓ, ਬਾਕੀ ਐਡੀ ਕੋਈ ਰੌਲੇ ਵਾਲੀ ਗੱਲ ਹੈ ਨਹੀਂ ਗੀ। ਪਰ ਜਿਹੜੇ ਇਹੋ ਜਿਹੇ ਰੋਡ ਹੈ ਇਹਨਾਂ 'ਤੇ ਮਾੜਾ ਮੋਟਾ ਵੀ ਟਾਇਰ ਤਿਲਕ ਗਿਆ, ਅਤੇ ਜੇ ਤਾਂ ਤੁਸੀਂ ਪ੍ਰੋਫੈਸ਼ਨਲ ਹੈਗੇ ਹੋ, ਤੁਹਾਨੂੰ ਤੁਹਾਡੇ ਵਹੀਕਲ ਦਾ ਪਤਾ, ਤੁਹਾਨੂੰ ਹਿਸਾਬ ਹੈਗਾ, ਤੁਸੀਂ ਸੰਭਾਲ ਲਉਂਗੇ। ਜੇ ਤੁਸੀਂ ਅਣਜਾਣ ਹੋ ਨਾਲੇ ਆਪ ਸੱਟ ਫੇਟ ਖਾਓਗੇ ਨਾਲੇ ਕਿਸੇ ਦੇ ਮਾਰੋਗੇ। ਹਾਲੇ ਤੱਕ ਆਪਣੀ ਆਫ ਰੋਡਿੰਗ ਚੱਲੀ ਜਾਂਦੀ ਹੈ, 6-7 ਕਿਲੋਮੀਟਰ ਪਿੱਛੋਂ ਕਰਕੇ ਆ ਗਏ, ਅਤੇ ਅੱਗੇ ਹਾਲੇ ਪਤਾ ਨਹੀਂ ਕਿੰਨੀ ਚੱਲਣੀ ਹੈ। ਦੂਰੋਂ ਵੇਖਣ ਨੂੰ ਜਿਹੜਾ ਆਹ ਰੋਡ ਹੈ ਇਹ ਪੱਕਾ ਲੱਗਿਆ ਸਾਨੂੰ ਵੀ ਅੱਗੇ ਜਾ ਕੇ ਪੱਕਾ ਇਹ ਰੋਡ ਮਿਲ ਜੂਗਾ, ਪਰ ਨਹੀਂ, ਆਸਾਂ ਸਾਡੀਆਂ ਰਹੀਆਂ ਵਿੱਚ ਹੀ। ਇਹ ਰੋਡਾਂ 'ਤੇ ਦਿੱਕਤ ਇੱਕ ਹੋਰ ਹੁੰਦੀ ਹੈ ਵੀ ਮੋਟਰਸਾਈਕਲ ਦੇ ਜਿਹੜੇ ਟਾਇਰਾਂ ਦੀ ਹਵਾ ਹੈ ਉਹ ਬਾਹਲੀ ਫੁੱਲ ਨਾ ਕਰਾ ਕੇ ਆਇਆ ਕਰੋ, ਕਿਉਂਕਿ ਟਾਇਰ ਦੀ ਹਵਾ ਫੁੱਲ ਹੋਊਗੀ, ਮਾੜਾ ਮੋਟਾ ਕੋਈ ਪੱਥਰ ਵੱਜਿਆ ਟਾਇਰ ਪੱਟਣ ਦਾ ਵੀ ਡਰ ਰਹਿੰਦਾ। ਟਾਇਰ ਦੀ ਹਵਾ 'ਚ ਨੋਰਮਲ ਆਪਾਂ 32-33 ਰੱਖਦੇ ਹਾਂ, ਤਾਂ ਆਹ ਰੋਡਾਂ 'ਤੇ 28-29 ਬਹੁਤ ਹੈ, ਪੱਥਰ ਵਿੱਚ ਚੁਭਣ ਦਾ ਡਰ ਨਹੀਂ ਰਹਿੰਦਾ ਗਾ। ਪੈਂਗੋਂਗ ਨੂੰ ਜਾਂਦੇ ਰਾਹ ਦੇ ਵਿੱਚ ਹੁਣ ਆਪਾਂ ਖੜ੍ਹੇ ਹਾਂ, ਇਹ ਰਾਹ ਸਾਰਾ ਹੀ ਆਫ ਰੋਡ ਹੈ। ਇਹ ਟੈਕਸੀ ਵਾਲੇ ਹੀ ਬਾਈ ਨੂੰ ਕਿਸੇ ਨੂੰ ਪੁੱਛਿਆ ਸੀਗਾ, ਉਹ ਕਹਿੰਦਾ ਇਹ ਘੱਟੋ ਘੱਟ 100 ਕਿਲੋਮੀਟਰ ਰਹਿ ਗਿਆ ਇੱਥੋਂ ਪੈਂਗੋਂਗ, ਅਤੇ ਸਾਰਾ ਰਾਹ ਹੀ ਆਫ ਰੋਡ ਹੈ ਇਹ। ਹੁਣ ਇੱਥੇ ਰਾਹ 'ਚ ਰੁਕੇ ਹਾਂ, ਪਾਣੀ ਪੂਣੀ ਪੀਂਦੇ ਹਾਂ। ਪਾਣੀ ਅਸੀਂ ਜੈਰੀ ਕੈਨ 'ਚ ਇੱਕ ਨਾਲ ਕੈਰੀ ਕਰ ਲਿਆ ਸੀਗਾ, ਕਿਉਂਕਿ ਜਦੋਂ ਪੈਟਰੋਲ ਦੀ ਲੋੜ ਹੋਊਗੀ ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਪਾਣੀ ਦੀ ਆਪਾਂ ਨੂੰ ਲੋੜ ਰਹਿੰਦੀ ਹੈ। ਹੁਣ ਇੱਥੋਂ ਪਾਣੀ ਪੂਣੀ ਪੀ ਕੇ ਫਿਰ ਚੱਲਦੇ ਹਾਂ ਗਾਂਹ ਨੂੰ। ਅਤੇ ਇਹ ਜਿੰਨਾ ਕੁ ਰਾਹ ਨਾ ਬਸ ਵੀ ਐਂ ਕਹਿੰਦਾ ਜਲੂਸ ਕੱਢ ਦਿੰਦਾ ਬੰਦੇ ਦਾ, ਸਿਰ ਪੈਰ ਢੋਈ ਲੱਤਾਂ ਸਭ ਦੁਖਣ ਲਾ ਦਿੰਦਾ, ਕਿਉਂਕਿ ਸਾਰਾ ਹੀ ਆਫ ਰੋਡ ਹੈ ਇਹ।
ਆਪਣੇ ਨਾਲ ਵਾਲੇ ਤਾਂ ਪਤਾ ਨਹੀਂ ਕਿੰਨੇ ਗਾਂਹ ਲੰਘ ਗਏ, ਇੱਥੇ ਨੈਟਵਰਕ ਵੀ ਹੈ ਨਹੀਂ ਜਿਹੜਾ ਉਹਨਾਂ ਨੂੰ ਫੋਨ ਹੀ ਕਰ ਲਈਏ। ਸਵੇਰ ਦਾ ਬਿਨਾਂ ਚਾਹ ਪਾਣੀ ਪੀਤੇ ਤੁਰੇ ਹੋਏ ਹਾਂ, ਚਾਹ ਪਾਣੀ ਦਾ ਸਮਾਨ ਵੀ ਹੈਗਾ ਸਾਰਾ ਕੋਲ, ਸਾਰਾ ਕੁਛ, ਪਰ ਉਹ ਹੈ ਉਹਨਾਂ ਕੋਲ ਹੈ। ਦੇਖਦੇ ਜਿੱਥੇ ਨੈਟਵਰਕ ਆਉਂਦਾ ਉਹਨਾਂ ਨੂੰ ਫੋਨ ਕਰਕੇ ਫਿਰ ਖੜਾਉਂਦੇ ਉਹਨਾਂ ਨੂੰ, ਰਾਤ ਚਾਹ 'ਚ ਬਣਾਉਂਦੇ ਫਿਰ ਆਪ ਹੀ। ਰਸਤੇ ਦੇ ਵਿੱਚ ਰੁਕੇ ਸੀ ਆਪਾਂ ਢਾਬੇ 'ਤੇ, ਸਮਾਂ ਹੋ ਗਿਆ 10:15 ਦਾ, ਇੱਥੋਂ ਚਾਹ ਪਾਣੀ ਪੀਤਾ, ਹੁਣ ਚੱਲਦੇ ਹਾਂ ਭਾਗੇ ਵੱਲ ਨੂੰ। ਅਤੇ ਜਿਹੜੀ ਪੈਂਗੋਂਗ ਲੇਕ ਹੈ ਉਹ ਹੈਗੀ ਇੱਥੋਂ 100 ਕਿਲੋਮੀਟਰ ਦੇ ਕਰੀਬ, ਅਤੇ ਰਸਤਾ ਆਪਾਂ ਨੂੰ ਸਾਰਾ ਆਫ ਰੋਡ ਹੀ ਮਿਲਣਾ। ਇੱਧਰ ਬਾਈਕਰ ਭਰਾ ਸਾਰੇ ਰੈਡੀ ਹੋ ਕੇ ਇਹ ਵੀ ਚੱਲੇ ਉੱਧਰ ਨੂੰ। ਢਾਬੇ ਤੋਂ ਪਰੌਂਠੇ ਖਾ ਕੇ ਚਾਹ ਪੀ ਕੇ ਹੁਣ ਆਪਾਂ ਚੱਲਦੇ ਹਾਂ ਅੱਗੇ ਪੈਂਗੋਂਗ ਲੇਕ ਵੱਲ, ਇੱਥੋਂ ਦਾ ਵਿਊ ਕੁਛ ਇਹੋ ਜਿਹਾ। ਅੱਜ ਦੀ ਆਪਣੀ ਕੋਸ਼ਿਸ਼ ਇਹੀ ਹੈ ਵੀ ਆਪਾਂ ਹਲੇ ਪਹੁੰਚ ਜਾਈਏ ਅਤੇ ਸਟੇ ਉੱਥੇ ਕਰੀਏ, ਫਿਰ ਸਵੇਰੇ ਜਿਹੜਾ ਉਮਲਿੰਗਲਾ ਪਾਸ ਹੈ ਆਪਾਂ ਉਹ ਕਰੀਏ। ਸਮਾਂ ਹੋ ਗਿਆ ਹੁਣ 11:30, ਆਪਾਂ ਰਸਤੇ ਦੇ ਵਿੱਚ ਰੁਕੇ ਹਾਂ, ਇੱਕ ਝਰਨਾ ਮਿਲਿਆ ਸੀਗਾ ਅਤੇ ਬਾਕੀ ਵਾਲਾਂ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ, ਹੈਲਮਟ ਲੈ ਕੇ ਕੀ ਹੋ ਜਾਂਦਾ। ਆ ਝਰਨੇ 'ਤੇ ਰੁਕ ਕੇ ਨਾਲੇ ਥੋੜ੍ਹਾ ਜਿਹਾ ਮੂੰਹ ਮਾਂਹ ਧੋਂਦੇ ਹਾਂ ਕਿਉਂਕਿ ਸਵੇਰ ਦੇ ਨਿਕਲੇ ਹੋਏ ਹਾਂ ਅਤੇ ਸੁਸਤੀ ਜਿਹੀ ਪਈ ਜਾਂਦੀ ਹੈ। ਪਹਾੜਾਂ ਦੇ ਉੱਤੇ ਆਪਾਂ ਅਕਸਰ ਹੀ ਆ ਜੰਗਲਾਂ ਜਿਹਾ ਲੱਗਾ ਦੇਖਦੇ ਹਾਂ, ਇਹਦਾ ਕਾਰਨ ਇਹ ਹੁੰਦਾ ਕਿ ਜਦੋਂ ਉੱਤੋਂ ਪਹਾੜ ਖੁਰਨ ਲੱਗ ਜਾਂਦੇ ਆ ਜਾਂ ਥੱਲੇ ਨੂੰ ਆਉਣ ਲੱਗ ਜਾਂਦੇ ਅਤੇ ਆਪ ਇੱਥੇ ਪੱਥਰ ਲਾ ਕੇ ਆ ਜੰਗਲੇ ਨਾਲ ਸਪੋਰਟ ਲਾਈ ਜਾਂਦੀ ਜਾਂਦੀ। ਪੈਂਗੋਂਗ ਦੀ ਇੱਥੋਂ ਦੂਰੀ ਰਹਿ ਗਈ 50 ਕਿਲੋਮੀਟਰ ਅਤੇ ਹੁਣ ਆਪਾਂ ਥੱਲੇ ਨੂੰ ਜਾਈ ਜਾਂਦੇ ਹਾਂ ਅਤੇ ਜਿਹੜੀਆਂ ਢਲਾਨਾਂ ਬਾਹਲੀਆਂ ਜ਼ਿਆਦਾ ਖਤਰਨਾਕ ਹੈ, ਸਿੰਗਲ ਰੋਡ ਆ ਜਮਾਂ, ਆਸੇ ਪਾਸੇ ਕੁਛ ਨਹੀਂ ਹੈਗਾ ਗਾ, ਆਸੇ ਪਾਸੇ ਡੂੰਘੀਆਂ ਖੱਡਾਂ ਅਤੇ ਆ ਕੀ ਹੈ ਦੁਰਬੁੱਖ, ਦੁਰਬੁੱਖ ਹੈਗਾ ਇੱਥੋਂ 11 ਕਿਲੋਮੀਟਰ। ਢਲਾਨਾਂ ਇੱਥੇ ਇਹੋ ਜਿਹੀਆਂ ਵੀ ਰੁੱਕ ਰਖਾਉਣ ਵਾਲਾ ਤਾਂ ਕੰਮ ਹੀ ਹੈ ਨਹੀਂ, ਬਸ ਗੇਅਰ ਪਾ ਕੇ ਖੜਾਉਣਾ ਪੈਂਦਾ। ਸਰ ਹੋਆ ਗਿਆ ਜੀ ਪੱਥਰ ਵਗੈਰਾ ਕਿਹੜਾ ਕੁਛ? ਢਲਾਨਾ ਆਪਾਂ ਉਤਰ ਹੀ ਜਾਂਦੇ ਹਾਂ ਅਤੇ ਅੱਗੇ ਜਾਮ ਲੱਗਿਆ ਹੋਇਆ, ਰਾਹ ਦੇ ਵਿੱਚ ਜ਼ਿਆਦਾ ਪੱਥਰ ਪੁੱਥਰ ਡਿੱਗਿਆ ਹੋਣਾ ਕੋਈ ਜਾਂ ਕੋਈ ਹੋਰ ਚੱਕਰ ਹੋਊਗਾ, ਨਾਲ ਦੇ ਬੰਦੇ ਵੀ ਆਪਣੇ ਆ ਗਏ ਹੈ। ਜਾਮ 'ਚ ਬੈਠਿਆਂ ਨੂੰ ਹੁਣ ਆਪਾਂ ਨੂੰ ਹੋ ਗਿਆ ਘੰਟਾ ਅਤੇ ਆਪਾਂ ਹੁਣ ਸੜਕ ਦੇ ਡੇਰੇ ਲਾ ਲਏ ਆ, ਅਬਰੂ ਬੈਠੇ ਇੱਥੇ, ਜਦੋਂ ਖੁੱਲੂਗਾ ਹੁਣ ਉਹ ਦੇਖਦੇ ਹਾਂ ਕੀ ਬਣਦਾ। ਅਤੇ ਬੈਠੇ ਵੀ ਅਸੀਂ ਬੜੇ ਟਕਾਣੇ ਜਿਹੇ 'ਤੇ ਹਾਂ ਵੀ ਆ ਪੱਥਰ ਬਸ ਆਸ਼ੀਰਵਾਦ ਕਦੇ ਵੀ ਦੇ ਸਕਦਾ। ਤਾਸਲੇ ਸਿਟੀ ਦੇ ਵਿੱਚ ਦੀ ਐਂਟਰ ਹੁੰਦੇ ਹੋਏ ਹੁਣ ਆਪਾਂ ਚੜ੍ਹ ਗਏ ਹਾਂ ਪੈਂਗੋਂਗ ਵਾਲੇ ਰੋਡ 'ਤੇ, ਅਤੇ ਪੈਂਗੋਂਗ ਦਾ ਡਿਸਟੈਂਸ ਹੈਗਾ ਇੱਥੋਂ 35 ਕਿਲੋਮੀਟਰ, ਅਤੇ ਇਹ ਜਦੋਂ ਦੇ ਆਪਾਂ ਰੋਡ ਚੜ੍ਹੇ ਹੋਏ ਹਾਂ ਇਹ ਸਾਰਾ ਆਫ ਰੋਡ ਹੀ ਮਿਲਿਆ ਆਪਾਂ ਨੂੰ। ਰਸਤੇ 'ਚ ਆਪਾਂ ਖੜ੍ਹੇ ਹਾਂ ਅਤੇ ਕਿੱਟ ਪਤਾ ਨਹੀਂ ਹੈ ਕਿੰਨੀ ਜਿਹੜੀ ਢਿੱਲੀ ਹੋ ਗਈ, ਇਹਨੂੰ 4-5 ਵਾਰੀ ਪਹਿਲਾਂ ਵੀ ਬੰਨਿਆ ਸੀਗਾ, ਕੁਛ ਉੱਤੋਂ ਵਾਟਰਪਰੂਫ ਕਵਰ ਕਰਕੇ ਇਹਦੀ ਪਕੜ ਘੱਟ ਬਣਦੀ ਹੈ ਅਤੇ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਵੀ ਪੈਣ ਲੱਗ ਗਈਆਂ। ਪੈਂਗੋਂਗ ਲੇਕ ਤੋਂ 5 ਕਿਲੋਮੀਟਰ ਪਿੱਛੇ ਆਪਾਂ ਖੜ੍ਹੇ ਹਾਂ ਅਤੇ ਜਿਹੜਾ ਆਹ ਸਭ ਦਿਸੀ ਜਾਂਦਾ ਇਹ ਹੈਗਾ ਰੇਤਾ, ਆਹ ਜਿੰਨੀ ਵੀ ਨਦੀ ਹੈ ਸਾਰੀ ਇਹ ਰੇਤੇ ਦੀ ਭਰੀ ਹੋਈ ਹੈ ਅਤੇ ਪਾਣੀ ਇਹ 'ਚ ਜਮ੍ਹਾਂ ਹੈ ਨਹੀਂ ਗਾ, ਰੇਤੇ ਦੇ ਵਿੱਚੋਂ ਹੀ ਕਾਫੂ ਸੁੱਕੀ ਜਾਂਦਾ। ਪੈਂਗੋਂਗ ਲੇਕ ਆ ਗਈ ਆਪਣੇ ਜਮ੍ਹਾਂ ਨੇੜੇ, ਬਸ ਇੱਥੋਂ 1-2 ਕਿਲੋਮੀਟਰ ਹੀ ਦੂਰ ਹੈ, ਸਾਹਮਣੇ ਦਿਸੀ ਜਾਂਦੀ ਆਪਾਂ ਨੂੰ, ਅਤੇ ਜਿਹੜਾ ਇੱਥੇ ਆਉਂਦੇ ਨੂੰ ਆਫ ਰੋਡ ਹੋਇਆ ਹੋ ਯਾਰ ਤਸੱਲੀ ਕਰਾ ਦੀ ਉਹਨੇ ਤਾਂ ਸੱਚੀ, ਸੜਕ ਇਹੋ ਜਿਹੀ ਵੀ ਪਤਾ ਹੀ ਨਹੀਂ ਲੱਗਦਾ ਵੀ ਸੜਕ ਹੈਗੀ ਵੀ ਹੈ ਕਿ ਨਹੀਂ, ਹੁਣ ਜਿਵੇਂ ਤੁਹਾਡੇ ਸਾਹਮਣੇ ਹੈ ਇੱਥੇ ਤਾਂ ਫਿਰ ਵੀ ਪਤਾ ਲੱਗੀ ਜਾਂਦਾ ਵੀ ਸੜਕ ਤਾਂ ਦਿਸੀ ਜਾਂਦਾ। ਪਿੱਛੇ ਜਿਹੜੇ ਹੀ ਰਸਤਿਆਂ 'ਚੋਂ ਆਏ ਹਾਂ ਉੱਧਰ ਕਈ ਕੁਛ ਕੁ ਮੋੜ ਇਹੋ ਜਿਹੇ ਹੈ ਪਤਾ ਵੀ ਨਹੀਂ ਲੱਗਦਾ ਵੀ ਸੜਕ ਕਿਹੜੀ ਹੈ ਅਤੇ ਨਾਲ ਪਹਾੜ ਕਿਹੜਾ ਰਲਿਆ ਹੋਇਆ, ਉਹ ਸਾਰਾ ਖੁੱਲ੍ਹਾ ਜਿਹਾ ਮਾਹੌਲ ਹੀ ਹੈ, ਆਪ ਹੀ ਦੇਖ ਕੇ ਲੰਘਾਉਣਾ ਪੈਂਦਾ ਵੀ ਗੱਡੀਆਂ ਦੀਆਂ ਪੈੜਾਂ ਪੂੜਾਂ ਕਿੱਧਰ ਨੂੰ ਜਾਂਦੀਆਂ। ਜਿਹੜੇ ਵੀ 4x4 ਗੱਡੀਆਂ ਲਿਆਉਂਦੇ ਆ ਜਾਂ ਦੂਜੀਆਂ ਲਿਆਉਂਦੇ ਆ ਥੋੜ੍ਹੀਆਂ ਜਾਂ
ਇੰਜਨ ਤਕੜੇ ਵਾਲੀਆਂ ਗੱਡੀਆਂ ਉਹ ਆਪਦੇ ਰੂਟ ਬਣਾ ਦਿੰਦੇ ਆ ਕਿਉਂਕਿ ਗੱਡੀਆਂ ਸਟਰੋਂਗ ਹੁੰਦੀਆਂ ਜਿੱਧਰ ਉਹਨਾਂ ਨੂੰ ਰਾਹ ਜਿਹਾ ਮਿਲਦਾ ਉਹ ਕੱਢ ਦਿੰਦੇ ਆ। ਪੈਂਗੋਂਗ ਲੇਕ 'ਤੇ ਐਂਟਰੀ ਆਪਾਂ ਕਰਨ ਲੱਗੇ ਹਾਂ ਅਤੇ ਜਿਹੜੇ ਰਸਤੇ ਦੇ ਵਿਊ ਹੈ ਉਹ ਕੁਛ ਇਹੋ ਜਿਹੇ ਆ। ਜਮਾਂ ਸਾਫ਼ ਪਾਣੀ, ਇੱਥੋਂ ਖੜ੍ਹ ਕੇ ਪੱਥਰ ਦਿਸੀ ਜਾਂਦੇ ਪਾਣੀ 'ਚ। ਜਿਹੜਾ 3D8 ਪੁਆਇੰਟ ਹੈ ਉਹ ਪਿੱਛੇ ਰਹਿ ਗਿਆ, ਅੱਗੇ ਇੱਕ ਹੋਰ ਪੁਆਇੰਟ ਬਣਿਆ ਹੋਇਆ ਉਹ ਵੀ ਦੇਖਦੇ ਹਾਂ ਕੀ ਹੈ। ਸਵੇਰੇ 7 ਵਜੇ 'ਤੇ ਚੱਲੇ ਅਤੇ ਹੁਣ 3:30 ਵਜੇ ਆਪਾਂ ਪਹੁੰਚ ਚੁੱਕੇ ਹਾਂ ਪੈਂਗੋਂਗ ਲੇਕ 'ਤੇ ਅਤੇ ਮਾਹੌਲ ਇੱਥੋਂ ਦਾ ਇਹੋ ਜਿਹਾ, ਸ਼ੋਭਰ ਆਈ ਜਾਂਦੇ ਨਾਲ ਨਾਲ। ਜਿਹੜਾ ਇੱਥੋਂ ਤੱਕ ਆਉਣ ਦਾ ਰਸਤਾ ਹੈ ਉਹ ਬਸ ਜਾਂ ਅਸੀਂ ਜਾਣਦੇ ਹਾਂ ਜਾਂ ਸਾਡਾ ਰੱਬ ਜਾਣਦਾ ਵੀ ਕਿਵੇਂ ਬਾਹਰ ਕਰਕੇ ਆਏ ਹਾਂ। ਵਾਲਾਂ ਵੂਲਾਂ ਦਾ ਵੀ ਬੁਰਾ ਹਾਲ ਹੋਇਆ ਪਿਆ, ਹੈਲਮਟ ਕਦੇ ਲਾ ਲਈਦਾ ਕਦੇ ਪਾ ਲਈਦਾ। ਅਤੇ ਪੈਂਗੋਂਗ ਲੇਕ 'ਤੇ ਇੱਥੇ ਆਪਦਾ ਵਹੀਕਲ ਅੰਦਰ ਨਹੀਂ ਲਿਆਉਣ ਦਿੰਦੇ, ਉੱਥੇ ਬਾਉਂਡਰੀ ਕੀਤੀ ਹੋਈ ਹੈ ਪਿੱਛੇ, ਬਸ ਉੱਥੇ ਆਪਦਾ ਵਹੀਕਲ ਖੜਾਓ ਅੱਗੇ ਤੁਰ ਕੇ ਆ ਜਾਓ। ਪੈਂਗੋਂਗ ਲੇਕ 'ਤੇ ਹੁਣ ਆਪਾਂ ਆ ਗਏ ਜਮਾਂ ਨੇੜੇ। ਇੱਧਰ ਬੋਰਡ ਲੱਗਿਆ ਹੋਇਆ ਜਬ ਤੱਕ ਹੈ ਜਾਣ ਦਾ, ਉਹਦਾ ਇੱਥੇ ਸ਼ੂਟ ਹੋਇਆ ਸੀ ਅਤੇ ਇੱਥੇ ਜੇ ਫੋਟੋ ਖਿਚਾਉਣੀ ਹੈ ਇਸੇ ਬੋਰਡ ਦੇ ਨਾਲ ਵੀ ਖਿਚਾਉਣ ਦਾ ਹੱਲ ਹੈਗਾ, ਪਰ ਇਕੱਲੀ ਆ ਬੋਰਡ ਨਾਲ ਫੋਟੋ ਖਿਚਾਉਣ ਦਾ ਹੀ ਰੇਟ 100 ਰੁਪਈਆ। ਦੁਕਾਨਦਾਰੀਆਂ ਵਧੀਆ ਬਣਾ ਰੱਖੀਆਂ, ਬੁਲਟ ਪਿੱਛੇ ਰੋਕਤਾ ਵੀ ਜੇ ਬੁਲਟ ਨਾਲ ਫੋਟੋ ਖਿਚਾਉਣੀ ਹੈ ਤਾਂ ਉਹਦੇ ਵੀ ਅੱਡ ਹੈ। ਸਕੂਟਰ ਹੈਗੇ ਆ ਅਤੇ ਉਹ 3D8 ਵਾਲੀਆਂ ਕੁਰਸੀਆਂ ਹੀ ਹੈਗੀਆਂ। ਇੱਥੇ ਬੂਟ ਲਾ ਕੇ ਹੁਣ ਆਪਾਂ ਚੱਲਦੇ ਹਾਂ ਗਾਂਹ ਪਾਣੀ 'ਚ ਅਤੇ ਪਾਣੀ ਦਾ ਮਾਹੌਲ ਵੇਖਦੇ ਹਾਂ। ਪਾਣੀ ਪੂਰਾ ਬਰਫ ਵਰਗਾ ਠੰਡਾ ਅਤੇ ਪਾਣੀ ਸਾਫ਼ ਵੀ ਬਹੁਤ ਹੈ। ਜਿਹੜਾ ਆਹ ਪਾਣੀ ਹੈ ਇਹ ਬਸ ਆਏ ਵੀ ਫਰਿੱਜਰ 'ਚ ਪੈਰ ਧਰ ਲਏ ਅਤੇ ਪਾਣੀ 'ਚ ਧਰ ਲਿਆ। ਪਾਣੀ ਦੀ ਸਫਾਈ ਵੇਖੋ ਬਹੁਤ ਜ਼ਿਆਦਾ ਬਾਈ, ਫਰਿੱਜਰ ਹੀ ਹੈ। ਹੁਣ ਜਾ ਕੇ ਉਹਨੇ ਅੰਦਰ ਪਾਣੀ ਦੇਖਦੇ ਹਾਂ, ਬਹੁਤ ਜ਼ਿਆਦਾ ਠੰਡਾ ਵੈਸੇ ਤਾਂ। ਇੱਕ ਜਿਹੜਾ ਆਪਾਂ ਲਾ ਦਿੰਦਾ ਸੀਗਾ ਚਾਹ ਚਾਹ ਪਿਓਰ ਚਾਹ। ਪਾਣੀ ਖਾਰਾ ਹੈ ਪੂਰਾ, ਹਾਂਜੀ ਭਾਜੀ ਬਹੁਤ ਜ਼ਿਆਦਾ ਠੰਡਾ, ਫਰਿੱਜ ਹੀ ਆ ਬਸ ਬਣੀ ਤਣੀ, ਪਾਣੀ ਕਾਹਦਾ ਹੈ। ਆ ਜਾ ਨਹੀਂ ਰਹੇ ਭਾਜੀ ਸਾਡੇ, ਇਹ ਕਹਿੰਦੇ ਉਹ ਹਾਲ ਵੇਖੀ ਜਾਂਦਾ ਨਾ ਜਿਹੜੇ ਗਏ ਉਹਨਾਂ ਦੇ। ਆਪਾਂ ਨੂੰ ਇੱਥੇ ਆਏ ਨੂੰ 15 ਤੋਂ 20 ਮਿੰਟ ਹੋ ਗਏ ਅਤੇ ਬਸ ਇੱਕੋ ਚੀਜ਼ ਨੋਟ ਕਰੀ ਜਾਂਦੇ ਵੀ ਪਾਣੀ ਦੇ ਵਿੱਚ ਹੋਰ ਕੋਈ ਨਹੀਂ ਗਿਆ, ਅਸੀਂ ਗੰਦ ਪਾਉਂਦੇ ਪਾਣੀ 'ਚ। ਹੋਰ ਇੰਨੇ ਟੂਰਿਸਟ ਹੈਗੇ ਇੱਥੇ, ਇੱਕ ਵੀ ਬੰਦਾ ਪਾਣੀ ਦੇ ਅੰਦਰ ਜਾ ਕੇ ਨਹੀਂ ਆਇਆ ਹਾਲੇ ਤੱਕ। ਹੁਣ ਆਪਾਂ ਪਾਣੀ ਦੇ ਵਿੱਚ ਇੰਜੋਏ ਵਗੈਰਾ ਕਰਕੇ ਸਾਰਾ ਭਿੱਜ ਭੁੱਜ ਕੇ ਹੁਣ ਥੋੜ੍ਹੀ ਦੇਰ ਕਰਦੇ ਹਾਂ ਇੱਥੇ ਰੈਸਟ, ਫਿਰ ਇੱਥੋਂ ਕਿਸੇ ਲੋਕਲ ਬੰਦੇ ਨੂੰ ਪੁੱਛਦੇ ਹਾਂ ਵੀ ਹਾਲੇ ਦਾ ਰੂਟ ਆਪਾਂ ਨੂੰ ਨੇੜੇ ਪਊਗਾ ਵੀ ਅੱਜ ਜਾਣ ਦਾ ਫਾਇਦਾ ਹੈ ਜਾਂ ਨਹੀਂ। ਮਾਹੌਲ ਇੱਥੇ ਪੂਰਾ ਠੰਡਾ ਵੀ ਹੈ ਅਤੇ ਘੈਂਟ ਵੀ ਪੂਰਾ। ਲੇਕ ਵਾਲੇ ਪਾਸੇ ਆਪਾਂ ਉਰੇ ਆ ਗਏ ਸੀ, ਕੱਪੜੇ ਕੁੱਪੜੇ ਆਪਦੇ ਗਿੱਲੇ ਕਰਕੇ, ਬੂਟ ਬਾਟ ਗਿੱਲੇ ਕਰਕੇ, ਹੁਣ ਨਾਲੇ ਬੂਟ ਸੁਕਾ ਲਈਏ ਨਾਲੇ ਥੋੜ੍ਹੇ ਬਹੁਤ ਕੱਪੜੇ ਸੁਕਾ ਕੇ ਫਿਰ ਚੱਲਦੇ ਹਾਂ ਆਪਾਂ ਹਾਲੇ ਵੱਲ ਨੂੰ। ਹਾਲੇ ਤਾਂ ਆਏ ਹਾਂ, ਪੁੱਛਦੇ ਹਾਂ ਆਪਾਂ ਕਿਸੇ ਲੋਕਲ ਬੰਦੇ ਨੂੰ ਵੀ ਜੇ ਤਾਂ ਨੇੜੇ ਹੋਇਆ ਫਿਰ ਤਾਂ ਜਾਣ ਦਾ ਫਾਇਦਾ, ਨਹੀਂ ਤਾਂ ਰਸਤਾ ਬਹੁਤ ਖਰਾਬ ਹੈ ਫਿਰ ਇੱਥੇ ਕਿਤੇ ਸਟੇਅ ਕਰ ਲਾਂਗੇ। ਇਹ ਲੇਕ 'ਤੇ ਪੰਜਾਬ ਤੋਂ ਬਾਹਰ ਵਾਲੇ ਜਿੰਨੇ ਵੀ ਸਟੇਟਾਂ ਦੇ ਬੰਦੇ ਆਏ ਆ ਉਹ ਸਾਰੇ ਆਪਣੀਆਂ ਹਰਕਤਾਂ ਉੱਥੇ ਖੜ੍ਹ ਕੇ ਦੇਖੀ ਜਾਂਦੇ ਸੀਗੇ, ਕਿਉਂਕਿ ਠੰਡ ਇੱਥੇ ਉਂਝ ਹੀ ਬਹੁਤ ਹੈ
ਆਪਾਂ ਪਾਣੀ ਦੇ ਅੰਦਰ ਵੜ ਕੇ ਬਹੁਤ ਟਾਈਮ ਖੱਪ ਖਾਨਾ ਕਰਕੇ ਆਉਂਦਾ ਉੱਥੇ, ਅਤੇ ਉਹ ਬੰਦੇ ਦੇਖਦੇ ਕੇ ਹੈਰਾਨ ਜਿਹੇ ਹੁੰਦੇ ਸੀਗੇ। ਹਾਲੇ ਤੱਕ ਸਾਨੂੰ ਇਸ ਲੇਕ 'ਤੇ ਕੋਈ ਪੰਜਾਬੀ ਬੰਦਾ ਮਿਲਿਆ ਨੀਗਾ। ਸਾਡੇ ਨਾਲ ਉੱਥੇ ਬੰਦੇ ਤੁਰੇ ਤਾਂ ਸੀਗੇ, ਉਹ ਜਾਂ ਤਾਂ ਰਾਹ 'ਚ ਰਹਿ ਰੁਗੇ ਅਤੇ ਜਾਂ ਇੱਥੋਂ ਪਹਿਲਾਂ ਆ ਕੇ ਮੁੜ ਗਏ ਹੋਣੇ ਆ। ਹੁਣ ਆਪਾਂ ਵਧੀ ਜਾਂਦੇ ਆਪਣੇ ਬੁਲਟਾਂ ਵੱਲ ਨੂੰ, ਉੱਥੇ ਜਾ ਕੇ ਫਿਰ ਦੇਖਦੇ ਅੱਗੇ ਦਾ ਕੀ ਮਾਹੌਲ ਆ। ਪੈਂਗੋਂਗ ਲੇਕ ਤੋਂ ਹੁਣ ਆਪਾਂ ਨਿਕਲ ਕੇ ਪੈ ਗਏ ਸੀ ਹਾਲੇ ਵਾਲੇ ਰਾਹ 'ਤੇ, ਲੇਕ ਹਾਲੇ ਤੱਕ ਆਪਣੇ ਨਾਲ ਨਾਲ ਹੀ ਚੱਲੀ ਜਾਂਦੀ ਹੈ ਅਤੇ ਕੁਛ ਕੁ ਕਿਲੋਮੀਟਰ ਆਪਣੇ ਨਾਲ ਚੱਲੂਗੀ, ਫਿਰ ਆਪਾਂ ਹਾਲੇ ਵਾਲੇ ਰਾਹ 'ਤੇ ਹੋ ਜਾਵਾਂਗੇ। ਹਾਲੇ ਇੱਥੋਂ ਲੋਕਲ ਬੰਦਿਆਂ ਦਾ ਕਹਿਣਾ ਹੈ ਵੀ 180 ਕੁ ਕਿਲੋਮੀਟਰ ਹੈ ਅਤੇ ਸਮਾਂ ਹੋ ਗਿਆ 4 ਕੁ ਵਜੇ ਦਾ। ਆਪਾਂ ਦੇਖਦੇ ਹਾਂ ਜੀ ਕਿੰਨੀ ਕੁ ਵਾਟ ਕੱਢੀ ਜਾਂਦੀ ਹੈ, ਉਹ ਕੱਢਦੇ ਹਾਂ ਪਰ ਨੇੜੇ ਹੁੰਦੇ ਹਾਂ ਥੋੜ੍ਹਾ ਜਿਹਾ। ਪਿਛਲੇ ਰੋਡਾਂ ਨੇ ਜਿੰਨਾ ਆਪਾਂ ਨੂੰ ਦੁਖੀ ਕੀਤਾ ਸੀਗਾ, ਆਹ ਰੋਡਾਂ 'ਤੇ ਓਨਾ ਹੀ ਸਵਾਦ ਆਈ ਜਾਂਦਾ। ਇੱਥੋਂ ਦਾ ਵਿਊ ਐਂਡਲੈਸ ਹੀ ਹੈ ਜਮਾਂ। ਹੁਣ ਆਪਾਂ ਰੁਕੇ ਹਾਂ ਇੱਥੇ ਚੈੱਕ ਪੋਸਟ 'ਤੇ, ਇੱਥੇ ਦੋਨੇ ਬੁਲਟਾਂ ਦੇ ਨੰਬਰ, ਮੋਬਾਈਲ ਨੰਬਰ ਸਮਾਂ ਹੋ ਗਿਆ 6:25 ਅਤੇ ਹਾਲੇ ਰਹਿ ਗਿਆ ਇੱਥੋਂ 140 ਕਿਲੋਮੀਟਰ। ਹੁਣ ਆਪਾਂ ਜਾਈ ਜਾਂਦੇ ਹਾਂ ਹਾਲੇ ਵਾਲੇ ਰੂਟ 'ਤੇ। ਰਸਤੇ 'ਚ ਪਿੰਡ ਆਉਂਦੇ ਆ ਛੋਟੇ ਛੋਟੇ ਜਿਹੇ, ਬੜੇ ਘੈਂਟ ਪਿੰਡ ਹੈ, ਜਿਵੇਂ ਆਪਣੇ ਘਰਾਂ ਦੇ ਵਿੱਚ ਸੀਨਰੀਆਂ ਜਿਹੀਆਂ ਲੱਗੀਆਂ ਹੁੰਦੀਆਂ ਵਾਲਪੇਪਰ, ਜਾਂ ਆਪਾਂ ਨੈੱਟ 'ਤੇ ਦੇਖਦੇ ਹਾਂ, ਉਹ ਇਹਨਾਂ ਪਿੰਡਾਂ ਦਾ ਹੀ ਮਾਹੌਲ ਹੁੰਦਾ। ਇਹ ਜਮਾਂ ਸ਼ਾਂਤ ਏਰੀਆ ਹੈ। ਆਹ ਯਾਰ ਦੇਖੋ ਕੁਦਰਤ ਵੀ ਕਿੰਨੀ ਸੋਹਣੀ ਹੈ। ਰਾਹ 'ਚ ਤੁਰੇ ਜਾਂਦਿਆਂ ਨੂੰ ਆਪਾਂ ਨੂੰ ਉਹ ਦੂਰ ਮਿਰਗ ਖੜ੍ਹੇ ਦਿਸ ਗਏ। ਇਹ ਅਕਸਰ ਆਪਾਂ ਟੀਵੀਆਂ 'ਤੇ ਜਾਂ ਜੋਗ੍ਰਾਫੀ ਚੈਨਲਾਂ ਦੇ ਵਿੱਚ ਹੀ ਦੇਖਦੇ ਹਾਂ ਵੀ ਮਿਰਗ ਨਾ ਤਾਂ ਵੀ ਕੋਈ ਜੀਵ ਹੁੰਦਾ। ਆਪਾਂ ਨੂੰ ਪਿੱਛੇ ਵੀ ਦਿਸੇ ਸੀਗੇ ਉਦੋਂ, ਪਰ ਮੈਂ ਡਰਾਈਵ ਕਰੀ ਜਾਂਦਾ ਸੀਗਾ, ਉਦੋਂ ਮੌਕੇ 'ਤੇ ਵੀਡੀਓ ਬਣਾਈ ਨਹੀਂ ਗਈ, ਉਦੋਂ ਆਪਣੇ ਜਮ੍ਹਾਂ ਹੀ ਕੋਲੇ ਸੀਗੇ। ਹੁਣ ਆਪਾਂ ਜਿਹੜੇ ਰੂਟ ਤੋਂ ਜਾਈ ਜਾਂਦੇ ਹਾਂ ਇਹ ਸਾਰਾ ਆਪਾਂ ਨੂੰ ਲਾਸਟ ਤੱਕ ਆਫ ਰੋਡ ਹੀ ਮਿਲਣਾ। ਅੱਜ ਸਵੇਰ ਦੀ ਆਫ ਰੋਡਿੰਗ ਹੀ ਕਰੀ ਜਾਂਦੇ ਹਾਂ, ਦਿਮਾਗ ਹਿੱਲਿਆ ਪਿਆ ਆਫ ਰੋਡਿੰਗ ਕਰਕੇ, ਤਾਂ ਹੀ ਕਦੇ ਅੱਗੇ ਪੈ ਜਾਈਦਾ ਕਦੇ ਪਿੱਛੇ ਪੈ ਜਾਈਦਾ। ਦੋ ਬੰਦੇ ਹੋਣ ਦਾ ਇਹ ਵੀ ਫਾਇਦਾ ਹੋ ਜਾਂਦਾ, ਨਾਲੇ ਤਾਂ ਵੰਡ ਕੇ ਚਲਾਇਆ ਜਾਂਦਾ, ਥੋੜ੍ਹਾ ਬਹੁਤ ਸਾਹ ਲੈਣ ਦਾ ਟਾਈਮ ਮਿਲ ਜਾਂਦਾ ਬੰਦੇ ਦਾ। ਸੱਤ ਵਜੇ ਨਾਲੇ ਹੋ ਗਏ ਅਤੇ ਆਪਾਂ ਉਹਨਾਂ ਰਾਹਾਂ 'ਤੇ ਹੀ ਫਿਰਦੇ ਹਾਂ। ਇਹ ਰਾਹ ਪੂਰੇ ਸੁਨਸਾਨ ਹੈ ਇਹਨਾਂ ਰਾਹਾਂ 'ਤੇ, ਇਕੱਲੇ ਹੁਣ ਆਪਾਂ ਹੀ ਫਿਰਦੇ ਹਾਂ। ਹੌਲੀ ਉਹ ਪਤੰਦਰਾ, ਇਹ ਰਾਹ ਹੈ ਵੀ ਪੂਰੇ ਘੈਂਟ ਹੈ ਅਤੇ ਆਹ ਕੁਛ ਵੀ ਹੋ ਜਾਂਦਾ ਰਾਹਾਂ 'ਤੇ, ਚੱਕ ਚੱਕ ਮਾਰਦੇ ਆ ਬੰਦੇ ਨੂੰ, ਟੋਏ ਟੱਪੇ ਦਾ ਵੀ ਕਾਫੀ ਚੱਕਰ ਹੈ। ਪਰ ਇਹ ਰਾਹਾਂ 'ਤੇ ਵਾਕਈ ਉਹ ਗੱਲ ਹੈ ਵੀ ਬੰਦਾ ਨਾ ਬੰਦੇ ਦੀ ਯਾਦ, ਇਕੱਲੇ 4-2 ਹਜ਼ਾਰ ਪਾਗਲ ਬੰਦੇ ਫਿਰਦੇ ਆ ਇੱਥੇ, ਬਾਕੀ ਕੰਮ ਗਿਆ। ਬਾਕੀ ਇੱਧਰ ਗੱਲਬਾਤ ਘੈਂਟ ਇਹ ਹੈ ਵੀ 7 ਵਜੇ ਵੀ ਪੂਰੀ ਧੁੱਪ ਚੜ੍ਹੀ ਹੋਈ ਹੈ, ਸ਼ਾਮ ਦੇ 7 ਹੈ ਇਹ, ਸਵੇਰ ਦੇ ਨਹੀਂ। ਅਤੇ ਜਿਹੜੇ ਪਹਾੜਾਂ ਦੇ ਵਿੱਚੋਂ ਆਪਾਂ ਹੁਣ ਲੰਘੀ ਜਾਂਦੇ ਹਾਂ ਇਹ ਸਾਰੇ ਐਂ ਮਿੱਟੀ ਵਾਲੇ ਰੇਤਲੇ ਪਹਾੜ ਹੈ, ਇੱਥੇ ਨਾ ਕੋਈ ਬੰਦਾ ਅਤੇ ਨਾ ਕੋਈ ਬੰਦੇ ਦੀ ਯਾਦ ਹੈ। ਪਰ ਦੋ ਅਸੀਂ ਹਾਂ, ਦੋ ਸਾਡੇ ਵਰਗੇ ਹੋਰ ਹੈ ਯਾਰ। ਜਿਹੜੇ ਰੋਡਾਂ 'ਤੇ ਆਪਾਂ ਆਹ ਜਾਈ ਜਾਂਦੇ ਹਾਂ ਨਾ, ਇਹ ਸੱਚੀ ਜੰਨਤ ਹੀ ਹੈ। ਬਸ ਜੇ ਇਕੱਲਿਆਂ ਰੋਡ ਜੇ ਬਣ ਜਾਣ ਨਾ ਥੋੜ੍ਹੇ ਬਹੁਤ, ਅਤੇ ਆਹ ਜਗ੍ਹਾ ਸੱਚੀ ਜੰਨਤ ਤੋਂ ਘੱਟ ਨਹੀਂ ਗਈ। ਪਰ ਰੋਡ ਵੀ ਇਹਨਾਂ ਨੂੰ ਆਪਾਂ ਐਡਵੈਂਚਰ ਵੀ ਕਹਿ ਸਕਦੇ ਹਾਂ,
ਜੇ ਲੇਹ ਆਏ ਹਾਂ ਇਹ ਚੀਜ਼ਾਂ ਸਵਾਦ ਨਾ ਲਿਆ ਫਿਰ ਲੇਹ ਕਾਹਦਾ, ਫਿਰ ਤਾਂ ਬਾਈਪਾਸ ਹੈਗੇ ਹੀ ਆਪਣੇ ਸ਼ਹਿਰਾਂ 'ਚ। ਉਹ ਨਾਲ ਦੇ ਆਪਣੇ ਖੜ ਗਏ ਰਾਹ 'ਚ, ਆਪਾਂ ਵਧੀ ਜਾਂਦੇ ਹਾਂ ਅੱਗੇ ਵੱਲ। ਪਰਨਾ ਜਿਹਾ ਡਿੱਗ ਤੁਹਾਡਾ ਲਮਕੀ ਜਾਂਦਾ, ਆਹ ਹਾਂ ਹਾਂ ਵਿਊ ਵੇਖ, ਹਾਂ ਇੱਧਰ ਵੇਖੀਏ ਨੀ। ਸਮਾਂ ਹੋ ਗਿਆ ਰਾਤ ਦੇ 9:15, ਆਪਾਂ ਖੜ੍ਹੇ ਹਾਂ ਹਾਲੇ ਤੋਂ 50 ਕਿਲੋਮੀਟਰ ਪਿੱਛੇ। ਹਾਲੇ ਜਾਣ ਦੀ ਅੱਜ ਸਲਾਹ ਸੀਗੀ, ਰਸਤੇ ਦੇ ਵਿੱਚ ਚੈੱਕ ਪੋਸਟ ਮਿਲੀ ਆਪਾਂ ਨੂੰ, ਆਰਮੀ ਵਾਲੇ ਬਾਈਆਂ ਨੇ ਕਿਹਾ ਵੀ ਤੁਸੀਂ ਪਿੱਛੇ ਰੁਕ ਜਾਓ, ਅੱਗੇ ਜਾਣ ਦਾ ਰਿਸਕ ਹੈ ਇਸ ਟਾਈਮ ਕਿਉਂਕਿ ਰੋਡ 'ਤੇ ਕੁਛ ਨਹੀਂ ਹੁੰਦਾ, ਇਕੱਲੇ ਖਾਲੀ ਪਹਾੜ ਹੈ। ਆਹ ਰੂਮ ਲੈ ਲਿਆ ਆਪਾਂ, ਇੱਥੇ ਹੁਣ ਰਹਿੰਦੇ ਹਾਂ। ਸਵੇਰ ਦਾ ਰੂਟ ਹੋਊਗਾ ਆਪਣਾ 2 ਘੰਟਿਆਂ ਦਾ ਹਾਲੇ, ਉਸ ਤੋਂ ਬਾਅਦ ਕਰਾਂਗੇ ਮਲਿੰਗਲਾ ਪਾਸ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ, ਅਤੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਵੀ ਕਰ ਦਿਓ।